ਕੱਲ੍ਹ ਦੇ ਸਮੇਂ ਵਿੱਚ ਜਿੱਥੇ ਹਰ ਬੰਦੇ ਦੀ ਇੱਕ ਚਾਹਤ ਹੁੰਦੀ ਆ ਕਿ ਮੈਂ ਵੱਡੀ ਗੱਡੀ ਵਿੱਚ ਆਪਣੇ ਜੀਵਨ ਸਾਥੀ ਨੂੰ ਵਿਆਹ ਤੋਂ ਬਾਅਦ ਲੈ ਕੇ ਆਵਾਂ, ਪਰ ਹੁਸ਼ਿਆਰਪੁਰ ਵਿੱਚ ਇੱਕ ਨਵੀਂ ਮਿਸਾਲ ਕਾਇਮ ਕੀਤੀ ਆ ਇੱਕ ਪਰਿਵਾਰ ਨੇ ਜਿਨ੍ਹਾਂ ਨੇ ਟਰੈਕਟਰ ਦੇ ਉੱਪਰ ਡੋਲੀ ਲੈ ਕੇ ਆਉਂਦੀ ਆ ਉਹ ਲੋਕਾਂ ਨੂੰ ਇੱਕ ਸੰਦੇਸ਼ ਦਿੱਤਾ ਆ। ਸਾਡੇ ਨਾਲ ਨੇ ਉਹਨਾਂ ਦੇ ਪਰਿਵਾਰ ਦੇ ਕੁਝ ਮੈਂਬਰ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਆ ਅਤੇ ਉਹਨਾਂ ਦੇ ਮਨ 'ਚ ਇਹ ਵਿਚਾਰ ਕਿੱਥੋਂ ਆਇਆ। ਹਾਂਜੀ ਸਰ, ਤੁਹਾਡੇ ਮਨ 'ਚ ਬੇਟੇ ਦੇ ਵਿਚਾਰ ਕਿੱਥੋਂ ਆਇਆ ਅਤੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ? ਸਾਡੇ ਰਿਸ਼ਤੇਦਾਰ ਜੀ, ਇਹ ਮੁੰਡਾ ਇਹਨੂੰ ਸ਼ੌਕ ਸੀਗਾ, ਮੈਂ ਵਿਆਹ ਕਰਾਉਣਾ, ਮੈਂ ਡੋਲੀ ਟਰੈਕਟਰ 'ਤੇ ਜਾਣਾ ਵਿਆਹੁਣ, ਅਤੇ ਉਹ ਟਰੈਕਟਰ 'ਤੇ ਆਏ ਰਹੀ ਸੀ ਅਤੇ ਇਹ ਖੁਸ਼ੀ ਮੈਂ ਟਰੈਕਟਰ 'ਤੇ ਜਾਣਾ, ਟਰੈਕਟਰ 'ਤੇ ਹੁਣ ਆਇਆ ਵਿਆਹੁਣ ਇਹ। ਅਤੇ ਇੱਦਾਂ ਵੱਧ ਤੋਂ ਅੱਗੇ ਵੀ ਮੈਂ ਸੁਣਿਆ ਸੀ ਵੀ ਇੱਕ ਬਰਾਤ ਆਈ ਟਰੈਕਟਰਾਂ 'ਤੇ ਆਈ ਸੀ। ਠੀਕ ਹੈ, ਪਰ ਕਈ ਲੋਕਾਂ ਦਾ ਹੁੰਦਾ ਕਿ ਮੈਂ ਵੱਡੀ ਤੋਂ ਵੱਡੀ ਗੱਡੀ ਲੈ ਕੇ ਆਵਾਂ, ਕਈ ਚੋਪਰ ਵਿੱਚ ਵੀ ਆਉਂਦੇ ਆ। ਇੱਦਾਂ ਲੋਕਾਂ ਦੇ ਆਪਣੇ ਵਿੱਚ ਸ਼ੌਕ ਆ ਜੀ, ਕੋਈ ਵੱਡੀ ਟਰੈਕ ਵੱਡੀ ਗੱਡੀ ਲੈ ਕੇ ਆਉਂਦਾ, ਵਧੀਆ ਗੱਡੀ ਲੈ ਕੇ ਆਉਂਦਾ, ਕੋਈ ਹੈਲੀਕਾਪਟਰ ਲੈ ਕੇ ਆਉਂਦਾ, ਇਹ ਆਪਣੇ ਸਮੇਂ ਮੁਤਾਬਕ ਜੋ ਵੀ ਹੈਗਾ ਇਹਨੇ ਆਪਣੀ ਰੀਝ ਪੂਰੀ ਕੀਤੀ। ਕਿ ਟਰੈਕਟਰ 'ਤੇ ਇੰਨਾ ਖਰਚਾ ਨਹੀਂ ਹੁੰਦਾ, ਗੱਡੀਆਂ ਇੰਨੀਆਂ ਮਹਿੰਗੀਆਂ ਮਹਿੰਗੀਆਂ, ਟਰੈਕਟਰ ਇੰਨਾ ਸਸਤਾ ਵੀ ਨਹੀਂ ਹੈਗਾ, ਲੇਕਿਨ ਮਹਿੰਗਾ ਆ, ਲੇਕਿਨ ਬਾਕੀ ਚੀਜ਼ਾਂ ਨਾਲ ਵਧੀਆ ਕਿ ਟਰੈਕਟਰ 'ਤੇ ਲੱਗ ਜਿਹਾ ਫੀਲ ਹੋਇਆ। ਵਧੀਆ ਲੱਗਾ, ਟਰੈਕਟਰ ਦੇ ਆਪਣੀ ਚੀਜ਼ ਸਮੇਂ ਕਿਰਾਏ ਤੇ ਕਰਕੇ ਲਿਆਉਣੀ ਸੀ, ਇਹਦਾ ਪਰਸਨਲ ਜੈਟ ਹੁੰਦਾ ਜੱਟਾਂ ਦਾ। ਹਾਂਜੀ, ਇੱਦਾਂ ਦਾ ਵੱਖਰਾ ਉਪਰਾਲਾ ਤੁਸੀਂ? ਹਾਂਜੀ, ਆਪਣਾ ਹੋਵੇ ਵਧੀਆ ਲੱਗਦਾ ਜੀ। ਚਲੋ ਠੀਕ ਹੈ, ਵਧੀਆ ਹੈ ਕਿ ਘਰ ਦੀ ਚੀਜ਼ ਵਰਤ ਹੁੰਦੀ ਹੈ ਨਾਲੇ।